ਦੁਕਾਨ ਤੇ ਕਸਟਮਰ ਆਏ ਨੇ ਤੇ ਸਰਦਾਰ ਜੀ ਨਾਲ ਉਹਨਾਂ ਦੀ ਵਾਈਫ ਸੀ ਤੇ ਉਹਨਾਂ ਨੇ ਅੱਗੇ ਕਿਹਾ ਵੀ ਇਦਾਂ ਸਾਨੂੰ ਗੋਲਾ ਦਾ ਸਮਾਨ ਦਿਖਾਓ ਆਪਾਂ ਸਮਾਨ ਲੈਣਾ ਸੋਨੇ ਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਦੀ ਬਜਟ ਤੱਕ ਉਹਨਾਂ ਨੇ ਕਿਹਾ ਵੀ ਸਾਨੂੰ 1.5 ਲੱਖ ਤੱਕ ਸੈੱਟ ਚਾਹੀਦਾ ਤੇ 70-80 ਹਜ਼ਾਰ ਤੱਕ ਕੈਮ ਹੋ ਜਾਵੇ ਉਹਨਾਂ ਨੂੰ ਮੈਂ ਦਿਖਾਇਆ ਉਹਨਾਂ ਨੂੰ ਪਸੰਦ ਨਹੀਂ ਆਇਆ ਕਿਹਾ ਸਾਨੂੰ ਹੋਰ ਥੋੜ੍ਹਾ ਪਾਰਾ ਦਿਖਾਓ ਫਿਰ ਉਹਨਾਂ ਨੇ ਸੈੱਟ ਦਿਖਾਇਆ ਕਿ 2,73,000 ਦਾ ਤੇ ਇਹ ਕਹਿੰਦੇ ਸਾਡੀ ਫਾਈਨਲ ਹੋ ਗਈ ਆਪਾਂ ਘਰ ਮੰਮੀ ਨਾਲ ਸਲਾਹ ਕਰ ਲਈਏ ਉਹ ਲੇਡੀਜ਼ ਫੋਨ ਕਰਦੇ ਭਾਵੇਂ ਬਾਹਰ ਚਲ ਗਈ ਹੈ ਸਰਦਾਰ ਜੀ ਮੈਨੇ 2 ਮਿੰਟ ਐਵੇਂ ਹਿਸਾਬ ਸਾਫ ਕਰਦੇ ਰਹੇ ਨੇ ਮੁੜ ਕੇ ਉਹਨਾਂ ਨੇ ਕਹਿੰਦੇ ਮੈਂ ਦੇਖਾਂ ਹਜੇ ਤੱਕ ਆਈ ਨਹੀਂ ਜਿਹੜੀ ਉਹ ਬਾਹਰ ਗਿਆ ਬਾਹਰ ਜਦ ਮੈਂ ਦੇਖਿਆ ਕਿ 15 ਮੋਟਰਸਾਈਕਲ ਸਟਾਰ ਦੇ ਪਹਿਲੇ ਖੜਾ ਸੀ ਉਹ ਅੰਦਰ ਰਹਿਣ ਫੜਾ ਫੜ ਡੱਬਾ ਚੱਕਿਆ ਸੈੱਟ ਦਾ ਤੇ ਲੈ ਕੇ ਦੌੜ ਗਿਆ ਆਪਾਂ ਉਹਦੇ ਮਗਰ ਦੌੜਿਆ ਪਰ ਉਹ ਸਾਨੂੰ ਪਤਾ ਨਹੀਂ ਕਿੱਥੇ ਨਿਕਲ ਗਿਆ ਕਿੰਨੇ ਕੁ ਦਾ ਸਮਾਨ ਹੈ ਜਿਹੜਾ ਤੁਹਾਡਾ ਲੈ ਕੇ ਗਏ ਨੇ 3 ਲੱਖ ਦਾ ਤੁਸੀਂ ਉਹਨਾਂ ਦੀ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜੀ 6 ਜਣੇ ਮਗਰ ਗਏ ਆ ਪਰ ਸਾਨੂੰ ਪਤਾ ਨਹੀਂ ਕਿੱਥੇ ਨਿਕਲ ਗਏ 7 ਵਜੇ ਦੀ ਗੱਲ ਹੈ ਸ਼ਾਮ ਨੂੰ ਚੀਮਾ ਚੌਂਕ ਵਿੱਚ ਰਾਜਨ ਜਵੈਲਰੀ ਹੈ ਉੱਤੇ ਇੱਕ ਆਦਮੀ ਅਤੇ ਇੱਕ ਲੇਡੀ ਆਏ ਆ ਕੇ ਉਹਨੂੰ ਇਹ ਪਟੈਂਡ ਕੀਤਾ ਕਿ ਸਾਨੂੰ ਜਿਹੜਾ ਅਸੀਂ ਕੁਛ ਸੋਨਾ ਖਰੀਦਣਾ ਉਹਨਾਂ ਦੇ ਘਰ ਸ਼ਾਦੀ ਆ ਜਿਹੜੀ ਲੇਡੀ ਸੀਗੀ ਉਹ ਫੋਨ ਦੇ ਬਹਾਨੇ ਜਿਹੜਾ ਦੁਕਾਨ ਤੋਂ ਬਾਹਰ ਚਲ ਗਈ ਉਹਦੇ ਬਾਅਦ ਉਹ ਆਈ ਨਹੀਂ ਫਿਰ ਉਹਦਾ ਜਿਹੜਾ ਆਦਮੀ ਬੈਠਾ ਸੀਗਾ ਦੁਕਾਨ 'ਚ ਉਹਨੂੰ ਫੋਨ 'ਤੇ ਉਹਨਾਂ ਗੱਲ ਕੀਤੀ ਕਿਸੇ ਨਾਲ ਉਹਦੇ ਬਾਅਦ ਉਹ ਦੁਕਾਨ ਤੋਂ ਬਾਹਰ ਆਇਆ ਆ ਕੇ ਅਤੇ ਦੁਬਾਰਾ ਫਿਰ ਜਦੋਂ ਦੁਕਾਨ ਦੇ ਵਿੱਚ ਗਿਆ ਉਹ ਬੈਠਾ ਉਹਨੂੰ ਥੋੜ੍ਹਾ ਜਿਹਾ ਪ੍ਰਟੈਂਡ ਕੀਤਾ ਵੀ ਆਪਣੀ ਜੇਬ 'ਚੋਂ ਮੋਬਾਈਲ ਕੱਢਿਆ ਫਿਰ ਫੋਨ ਕੀਤਾ ਕਿਸੇ ਨੂੰ ਉਹ ਜਿਹੜਾ ਉਹਦੇ ਟੇਬਲ ਦੇ ਉੱਤੇ ਜਿਹੜਾ ਸੀਗਾ ਜਿਹੜਾ ਸੋਨੇ ਦਾ ਸੈੱਟ ਸੀਗਾ ਇੱਕ ਹਾਰ ਅਤੇ ਦੋਨੇ ਇੱਕੋ ਬੋਕਸ 'ਚ ਪਾ ਕੇ ਇੰਸਟੈਂਟਲੀ ਉੱਥੋਂ ਜਿਹੜਾ ਉਹ ਭੱਜ ਗਿਆ ਜਿਹੜੀ CCTV ਫੁਟੇਜ ਦੇ ਵਿੱਚ ਉਹਦੀ ਪਿਕਚਰ ਜਿਹੜੀ ਆਲਮੋਸਟ ਕਲੀਅਰ ਹੈ ਉਹਨੂੰ ਮਾਸਕ ਪਾਇਆ ਹੋਇਆ ਪਗੜੀ ਬੰਨ੍ਹੀ ਹੋਈ ਹੈ ਜਲਦੀ ਹੀ ਜਿਹੜਾ ਇਹਨਾਂ ਨੂੰ ਅਸੀਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਾਂਗੇ